ਉਪਰੰਤ ਜਾਂ ਪ੍ਰਭੂ ਨੇ ਜਾਣਿਆ ਜੋ ਫਰੀਸੀਆਂ ਨੇ ਇਹ ਸੁਣਿਆ ਹੈ ਕਿ ਯਿਸੂ ਯਹੰਨਾ ਨਾਲੋਂ ਬਹੁਤ ਚੇਲੇ ਬਣਾਉਂਦਾ ਅਤੇ ਉਹਨਾਂ ਨੂੰ ਬਪਤਿਸਮਾ ਦਿੰਦਾ ਹੈ। ਭਾਵੇਂ ਯਿਸੂ ਆਪੇ ਤਾਂ ਨਹੀਂ ਪਰ ਉਸ ਦੇ ਚੇਲੇ ਬਪਤਿਸਮਾ ਦਿੰਦੇ ਸਨ। ਤਦੋਂ ਉਹ ਯਹੂਦੀਆਂ ਦੇ ਛੱਡ ਕੇ ਫਿਰ ਗਲੀਲ ਵਿੱਚ ਗਿਆ ਅਤੇ ਉਸ ਨੂੰ ਸਾਮਰੀਆਂ ਦੇ ਵਿੱਚੋਂ ਦੀ ਲੰਘਣਾ ਪਿਆ। ਉਹ ਸੁਖਾਰ ਨਾਮੇ ਸਾਮਰੀਆ ਦੇ ਇੱਕ ਨਗਰ ਦੇ ਕੋਲ ਆਇਆ ਜੋ ਉਸ ਜ਼ਮੀਨ ਦੇ ਨੇੜੇ ਸੀ ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸਫ ਨੂੰ ਦਿੱਤੀ। ਅਰ ਉੱਥੇ ਯਾਕੂਬ ਦਾ ਖੂਹ ਹੈ ਸੀ। ਸੋ ਯਿਸੂ ਪੈਂਡੇ ਤੋਂ ਥੱਕ ਕੇ ਉਸ ਖੂਹ ਉੱਤੇ ਐਵੇਂ ਬੈਠ ਗਿਆ। ਉਹ ਦੁਪਹਿਰ ਕੋ ਦਾ ਵੇਲਾ ਸੀ। ਤਦ ਸਮਰੀਆ ਦੀ ਇੱਕ ਤੀਵੀ ਪਾਣੀ ਭਰਨ ਆਈ। ਮੈਨੂੰ ਜਲ ਪਿਆ ਕਿਉਂ ਜੋ ਉਸਦੇ ਚੇਲੇ ਖਾਣ ਲਈ ਕੁਝ ਮੁੱਲ ਲਿਆਉਣ ਨੂੰ ਨਗਰ ਵਿੱਚ ਗਏ ਹੋਏ ਸਨ। ਤੂੰ ਤਾਂ ਯਹੂਦੀ ਹੈ ਤੇ ਮੈਂ ਸਾਮਰੀ ਤੀਵੀ ਹਾਂ। ਤੂੰ ਮੈਥੋਂ ਪੀਣ ਨੂੰ ਪਾਣੀ ਕਿਵੇਂ ਮੰਗ ਰਿਹਾ ਹੈ? ਕਿਉਂ ਜੋ ਯਹੂਦੀ ਸਮਰੀਆ ਨਾਲ ਨਹੀਂ ਵਰਤਦੇ। ਜੇ ਤੂੰ ਪਰਮੇਸ਼ਵਰ ਦੀ ਬਖਸ਼ਿਸ਼ ਨੂੰ ਜਾਣਦੀ ਅਤੇ ਇਹ ਕਿ ਉਹ ਕੌਣ ਹੈ ਜੋ ਤੈਨੂੰ ਆਖਦਾ ਭਾਈ ਮੈਨੂੰ ਜਲ ਪਿਆ, ਤਾਂ ਤੂੰ ਉਸ ਕੋਲੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ। ਮਹਾਰਾਜ, ਤੇਰੇ ਕੋਲ ਡੋਲ ਵੀ ਨਹੀਂ ਹੈ ਤੇ ਨਾਲੇ ਖੂਹ ਵੀ ਡੂੰਘਾ ਹੈ, ਫਿਰ ਅੰਮ੍ਰਿਤ ਜਲ ਤੈਨੂੰ ਕਿੱਥੋਂ ਮਿਲ ਸਕਦਾ ਹੈ? ਭਲਾ ਤੂੰ ਸਾਡੇ ਪਿਤਾ ਯਾਕੂਬ ਤੋਂ ਵੱਡਾ ਹੈ ਜਿਹਨੇ ਸਾਨੂੰ ਇਹ ਖੂਹ ਦਿੱਤਾ ਅਤੇ ਉਹਨੇ ਆਪ ਨਾਲੇ ਉਹਦੇ ਪੁੱਤਰਾਂ ਨੇ ਤੇ ਉਹਦੇ ਪਸ਼ੂਆਂ ਨੇ ਇਸ ਵਿੱਚੋਂ ਪੀਤਾ ਸੀ। ਹਰ ਇੱਕ ਜੋ ਇਹ ਜਲ ਪੀਂਦਾ ਸੋ ਫਿਰ ਧਿਆਇਆ ਹੋਵੇਗਾ, ਪਰ ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਸੋ ਸਦੀਪਕ ਕਾਲ ਤੀਕ ਕਦੇ ਧਿਆਇਆ ਨਹੀਂ ਹੋਵੇਗਾ, ਬਲਕਿ ਉਹ ਜਲ ਜੋ ਮੈਂ ਉਹਨੂੰ ਦਿਆਂਗਾ ਉਹਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਅਨੰਤ ਜੀਵਨ ਤਿਕਰ ਉੱਛਲਦਾ ਰਹੇਗਾ। ਮਹਾਰਾਜ, ਇਹ ਜਲ ਮੈਨੂੰ ਦਿਓ ਜੋ ਮੈਂ ਤਿਹਾਈ ਨਾ ਹੋਵਾਂ, ਨਾ ਇੱਥੇ ਤਾਈਂ ਭਰਨ ਨੂੰ ਆਇਆ ਕਰਾਂ। ਜਾ ਆਪਣੇ ਪਤੀ ਨੂੰ ਇੱਥੇ ਸੱਦ ਲਿਆ। ਮੇਰਾ ਪਤੀ ਹੈ ਨਹੀਂ। ਤੈਂ ਠੀਕ ਆਖਿਆ ਜੋ ਮੇਰਾ ਪਤੀ ਹੈ ਨਹੀਂ, ਕਿਉਂਕਿ ਤੂੰ ਪੰਜ ਪਤੀ ਕਰ ਚੁੱਕੀ ਹੈ ਤੇ ਜਿਹੜਾ ਹੁਣ ਤੇਰੇ ਕੋਲ ਹੈ ਸੋ ਤੇਰਾ ਪਤੀ ਨਹੀਂ। ਤੈਂ ਸੱਤ ਆਖਿਆ ਹੈ। ਪ੍ਰਭੂ ਜੀ, ਮੈਨੂੰ ਸੋਚਦਾ ਜੋ ਤੁਸੀਂ ਨਬੀ ਹੋ। ਸਾਡੇ ਪਿਓ ਦਾਦਿਆਂ ਨੇ ਇਸ ਪਰਬਤ ਉੱਤੇ ਭਗਤੀ ਕੀਤੀ ਅਤੇ ਤੁਸੀਂ ਲੋਕ ਇਹ ਆਖਦੇ ਹੋ ਜੋ ਉਹ ਸਥਾਨ ਯਰੂਸ਼ਲਮ ਵਿੱਚ ਹੈ ਜਿੱਥੇ ਭਗਤੀ ਕਰਨੀ ਚਾਹੀਦੀ ਹੈ। ਹੇ ਬੀਬੀ, ਤੂੰ ਮੇਰੀ ਪ੍ਰਤੀਤ ਕਰ ਕਿ ਉਹ ਸਮਾਂ ਆਉਂਦਾ ਜਦ ਤੁਸੀਂ ਨਾ ਤਾਂ ਇਸ ਪਰਬਤ ਉੱਤੇ ਅਤੇ ਨਾ ਯਰੂਸ਼ਲਮ ਵਿੱਚ ਪਿਤਾ ਦੀ ਭਗਤੀ ਕਰੋਗੇ। ਤੁਸੀਂ ਜਿਸ ਨੂੰ ਨਹੀਂ ਜਾਣਦੇ ਉਹਦੀ ਭਗਤੀ ਕਰਦੇ ਹੋ। ਅਸੀਂ ਉਹਦੀ ਭਗਤੀ ਕਰਦੇ ਹਾਂ ਜਿਸ ਨੂੰ ਜਾਣਦੇ ਹਾਂ, ਇਸ ਲਈ ਮੁਕਤੀ ਯਹੂਦੀਆਂ ਤੋਂ ਹੈ। ਪਰ ਉਹ ਸਮਾਂ ਆਉਂਦਾ ਹੈ, ਸਗੋਂ ਹੁਣੇ ਹੈ, ਜੋ ਸੱਚੇ ਭਗਤ ਆਤਮਾ ਔਰ ਸੱਚਾਈ ਨਾਲ ਪਿਤਾ ਦੀ ਭਗਤੀ ਕਰਨਗੇ, ਕਿਉਂਕਿ ਪਿਤਾ ਇਹੋ ਜਿਹੇ ਭਗਤਾਂ ਨੂੰ ਚਾਹੁੰਦਾ ਹੈ। ਪਰਮੇਸ਼ਵਰ ਆਤਮਾ ਹੈ ਅਤੇ ਜੋ ਉਹਦੀ ਭਗਤੀ ਕਰਦੇ ਹਨ ਉਹਨਾਂ ਨੂੰ ਚਾਹੀਦਾ ਹੈ ਭਈ ਉਹ ਆਤਮਾ ਔਰ ਸੱਚਾਈ ਨਾਲ ਭਗਤੀ ਕਰਨ। ਮੈਂ ਜਾਣਦੀ ਹਾਂ ਜੋ ਮਸੀਹ ਆਉਂਦਾ ਹੈ ਜਿਸ ਨੂੰ ਕ੍ਰਿਸਟਸ ਕਰਕੇ ਸੱਦੀਦਾ ਹੈ। ਜਾਂ ਉਹ ਆਊਗਾ ਤਾਂ ਸਾਨੂੰ ਸਭ ਕੁਝ ਦੱਸੂ। ਮੈਂ ਜੋ ਤੇਰੇ ਨਾਲ ਬੋਲਦਾ ਹਾਂ ਸੋ ਹੋਈ ਹਾਂ।